ਸਰ ਮਾਮਲਾ ਇਹ ਕੁਛ ਵੀ ਨਹੀਂ ਹੈ ਜੀ, ਮਾਮਲਾ ਇਹਨੂੰ ਬਣਾਇਆ ਜਾ ਰਿਹਾ। ਇਹ ਮਾਮਲਾ ਨਵੰਬਰ 2022 ਤੋਂ ਸਟਾਰਟ ਹੁੰਦਾ ਹੈ ਜੀ। ਉਹ ਹੁੰਦਾ ਕੀ ਹੈ ਕਿ ਚਾਚਾ ਜੀ ਦਾ ਇੱਕ ਸਾਲ ਦਾ ਠੇਕਾ ਅਮਰੀਕ ਸਿੰਘ ਨੇ ਉੱਥੇ ਗੜਬੜ ਕੀਤੀ, ਉਹਦੀ ਇੱਕ ਐਪਲੀਕੇਸ਼ਨ NRI ਮੋਹਾਲੀ। ਸੈਕਿੰਡ, ਜਿਹੜਾ ਸਾਡਾ ਇੱਥੇ ਫੈਮਿਲੀ ਦਾ ਘਰ ਹੈ ਜੀ, ਉਹ 'ਤੇ ਅਮਰੀਕ ਸਿੰਘ ਨੇ ਆਪਣਾ ਕਬਜ਼ਾ ਕੀਤਾ ਕਿ ਇਹ ਮੇਰਾ ਇਹ ਮੇਰਾ, ਉਹਦੀ ਐਪਲੀਕੇਸ਼ਨ, ਦੋ ਐਪਲੀਕੇਸ਼ਨਾਂ ਨਵੰਬਰ 22 ਦੇ ਵਿੱਚ ਇਹ ਲਗਾਈਆਂ ਗਈਆਂ। ਉਸ ਤੋਂ ਬਾਅਦ ਅਮਰੀਕ ਸਿੰਘ ਔਰ ਰਣਜੀਤ ਸਿੰਘ ਦੋਨਾਂ ਭਾਈਆਂ ਨੇ ਰਲ ਕੇ ਆਪਣਾ ਉਦਣ ਤੋਂ ਸ਼ੁਰੂ ਕਰਤਾ ਜੀ। ਹੁਣ ਇਹਨਾਂ ਦੀ ਜ਼ਮੀਨ ਜਿਹੜੀ ਕਿ ਸਾਡੀ 2003 ਦੀ ਵੰਡ ਹੋਈ ਹੋਈ ਹੈ ਜੀ, ਆਹ ਜ਼ਮੀਨ ਮੇਰੇ ਹਿੱਸੇ ਆਈ ਹੋਈ ਹੈ ਜੀ। ਅਸੀਂ ਆਪਣੀ ਜਗ੍ਹਾ 'ਤੇ ਡੇ 1 ਤੋਂ ਕਾਬਲ ਜਾਂ, ਸਾਰੇ ਠੀਕ ਚੱਲ ਰਹੇ ਸੀ। ਹੁਣ ਇਹਨਾਂ ਨੂੰ ਇੰਨਾ ਹਰੈਸ ਕੀਤਾ ਜਾ ਰਿਹਾ ਜੀ, ਉਹਦੇ ਵਿੱਚ ਕੁਛ ਐਸੇ ਆਪਣੇ ਕ੍ਰਿਮੀਨਲ ਲੋਕਾਂ ਨੂੰ ਐਂਟਰ ਕਰਾ ਕੇ ਠੇਕੇ 'ਚ ਵਾੜਤਾ ਵੀ ਇਹ ਉਹਨਾਂ ਨਾਲ ਉੱਥੇ ਜਾਣ, ਉਹ ਲੋਕ ਇਹਨਾਂ ਨੂੰ ਚਿੰਬੜਨ, ਇਹਨਾਂ ਦੇ ਇਹਨਾਂ ਦਾ ਕੋਈ ਨੁਕਸਾਨ ਕਰਨ, ਅਤੇ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੂੰ ਕੋਈ ਕ੍ਰਿਮੀਨਲ ਪਰਚੇ 'ਚ ਇਨਵੋਲਵ ਕੀਤਾ ਜਾਵੇ। ਇੱਕ NRI ਇੱਕ ਕ੍ਰਿਮੀਨਲ ਪਰਚੇ 'ਚ ਇਨਵੋਲਵ ਹੋ ਗਿਆ ਜੀ, ਉਹ ਵਿਚਾਰਾ ਉਹਨੂੰ ਫਸਾ ਲੈਂਦੇ ਨੇ, ਉਹ ਇੱਕ ਟਰੈਪ ਹੈ, ਇਹੀ ਹੁੰਦਾ ਆ। ਚਲੋ ਫਿਰ ਵੀ ਕਾਫੀ ਹੁਣ ਇਹਨਾਂ ਦਾ 5ਵੀਂ 6ਵੀਂ ਵਾਰ ਇਹ ਫਿਰ ਆਏ ਨੇ ਜੀ। ਮੈਂ ਡੇ 1 ਤੋਂ, ਮੈਂ ਬੀਂਗ ਇਹਨਾਂ ਦਾ ਭਤੀਜਾ ਔਰ ਇਹਨਾਂ ਦਾ ਅਟੋਰਨੀ ਹੋਲਡਰ, ਮੈਂ ਡੇ 1 ਤੋਂ ਜਾ ਰਿਹਾ ਜੀ SSP ਔਫਿਸ, NRI ਔਫਿਸ, ਸਾਰੇ ਦਫ਼ਤਰਾਂ ਦੇ ਵਿੱਚ। ਅਸੀਂ ਬਸ ਅਸੀਂ ਊਂ ਥੱਕ ਚੁੱਕੇ ਹਾਂ, ਪਰ ਊਂ ਨਹੀਂ ਥੱਕੇ ਜੀ। ਗੱਡੀ ਦੇ ਟਾਇਰ ਨਵੇਂ ਪਵਾ ਲਏ ਜੀ, ਬੂਟ ਨਵੇਂ ਲੈ ਲਏ ਜੀ, ਅੱਜ ਵੀ ਕਾਇਮ ਆ। ਸਵੇਰੇ ਫਿਰ ਉੱਠਦੇ ਹਾਂ, ਫਿਰ ਲੜਦੇ ਹਾਂ, ਫਿਰ ਸ਼ਾਮ ਨੂੰ ਫਿਰ ਢਹਿੰਦੇ ਹਾਂ, ਅਤੇ ਕੋਈ ਗੱਲ ਨਹੀਂ ਜੀ, ਪਰ ਹਿੰਮਤ ਨਹੀਂ ਹਾਰਨੀ। ਕੀ ਮੰਗ ਕਰਦੇ ਆ ਜੀ? ਮੰਗ ਸਰ ਦੇਖੋ, ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਇਹਨਾਂ ਨੂੰ ਵਾਪਸ ਕੀਤੀ ਜਾਵੇ, ਠੀਕ ਹੈ ਜੀ। ਪਿਛਲੇ ਸਾਲ ਦਾ 9,35,000 ਰੁਪਏ ਇਹਨਾਂ ਦਾ ਠੇਕਾ, ਉਹ ਵਾਪਸ ਇਹਨਾਂ ਨੂੰ ਦਿੱਤਾ ਜਾਵੇ। ਹਾਂਜੀ, ਅਤੇ ਇੱਕ ਬੇਨਤੀ ਹੈ ਜੀ ਕਿ ਕਿਸੇ ਨਾਲ ਵੀ ਇਹ ਬਸ ਬਹੁਤ ਹੋ ਗਿਆ ਜੀ, ਆਪਾਂ ਇੱਕ ਇੰਡੀਆ 'ਚ ਰਹਿ ਰਹੇ ਹਾਂ, ਇਹ ਇੱਕ ਦੇਸ਼ ਹੈ, ਬੀਹੜ ਨਹੀਂ ਹੈ ਜੀ, ਆਪਾਂ ਚੰਬਲ 'ਚ ਨਹੀਂ ਰਹਿ ਰਹੇ। ਹੁਣ ਅਸੀਂ ਤਾਂ ਹਿੰਮਤ ਹਾਰ ਕੇ ਅੱਜ ਚੌਥੇ ਥੰਮ ਮੀਡੀਆ ਕੋਲ ਖੜ੍ਹੇ ਹਾਂ। ਸਾਡੀ ਬੇਨਤੀ ਹੈ ਜੀ ਕਿ ਮੀਡੀਆ ਇਸ ਗੱਲ ਨੂੰ, ਸਾਡੇ CM ਸਾਹਿਬ ਭਗਵੰਤ ਮਾਨ ਜੀ ਨੇ ਅੱਛਾ ਕੰਮ ਕਰ ਰਹੇ ਨੇ, ਅਸੀਂ, ਮੈਂ ਖੁਦ ਵੋਟ ਉਹਨਾਂ ਨੂੰ ਪਾਈ ਹੈ, ਇਸ ਲਈ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕਿਉਂ ਪਾਈ ਹੈ, ਕਿਉਂਕਿ ਮੈਨੂੰ ਇੱਕ ਆਸ ਹੈ ਕਿ ਕੁਛ ਬਦਲਾਅ ਆਵੇ। ਔਰ ਉਹ ਬਹੁਤ ਵੱਡੇ ਪੱਧਰ 'ਤੇ ਇਸ ਚੀਜ਼ ਨੂੰ ਕਹਿ ਰਹੇ ਨੇ ਵੀ NRI ਇਸ ਲਈ ਅਸੀਂ ਖੜ੍ਹੇ ਹਾਂ, ਵੀ ਖੜ੍ਹੇ ਹਾਂ ਤਾਂ ਫਿਰ ਇਹ 2 ਸਾਲ ਅਸੀਂ ਕਿਉਂ ਜੁੱਤੀਆਂ ਘਸਾ ਰਹੇ ਹਾਂ, ਕਿਉਂ ਸਾਡੀ ਮਤਲਬ ਅਸੀਂ ਰੋਜ਼ ਥਾਣੇ, ਰੋਜ਼ ਉੱਥੇ, ਰੋਜ਼ ਉੱਥੇ। ਠੀਕ, ਤਾਂ ਬੇਨਤੀ ਇਹੀ ਹੈ ਜੀ ਕਿ ਹੋ ਸਕੇ ਤਾਂ ਇਨਸਾਫ ਦਿੱਤਾ ਜਾਵੇ, ਅਤੇ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਤਾਂ ਹੈਗੀ ਹੈ ਜੀ। ਸੀ, ਮੇਰਾ ਨਾਮ ਰਣਧੀਰ ਸਿੰਘ ਆ, ਅਤੇ ਮੈਂ UK ਦਾ ਰਹਿਣ ਵਾਲਾ, ਅਤੇ ਪਿਛਲੇ ਤਕਰੀਬਨ 2 ਸਾਲ ਤੋਂ ਮੈਨੂੰ ਕਾਫੀ ਪਰੇਸ਼ਾਨੀ ਆ ਰਹੀ ਆ। ਮੇਰਾ ਬ੍ਰਦਰ ਅਮਰੀਕ ਸਿੰਘ ਅਤੇ ਰਣਜੀਤ ਸਿੰਘ ਦੋਨੇ ਮੈਨੂੰ ਕਾਫੀ ਤੰਗ ਕਰ ਰਹੇ ਨੇ, ਅਤੇ ਮੈਂ ਹਰ ਜਗ੍ਹਾ ਆਪਦੇ ਪੁਲਿਸ ਪ੍ਰਸ਼ਾਸਨ ਜਗਰਾਓਂ, SSP ਸਾਹਿਬ, SP ਹੈੱਡਕੁਆਰਟਰ, ਸਾਰੀ ਜਗ੍ਹਾ ਜਾ ਕੇ ਆਪਦੀਆਂ ਕੰਪਲੇਨਾਂ ਕੀਤੀਆਂ। ਸਿਦਮਾ ਬੇਟ ਵੀ ਕੰਪਲੇਨ ਕੀਤੀ, ਅਤੇ NRI ਦਫ਼ਤਰ ਵਿੱਚ ਵੀ ਮੈਂ ਕਿੰਨੀ ਵਾਰ ਜਾ ਚੁੱਕਿਆ ਅਤੇ ਮਲਟੀਪਲ ਕੰਪਲੇਂਟ ਕੀਤੀ। CM ਭਗਵੰਤ ਮਾਨ ਨੂੰ ਬਾਈ ਈਮੇਲ ਵੀ ਮੈਂ ਕੰਪਲੇਨ ਕੀਤੀ, ਜੋ ਕਿ ਉਹਨਾਂ ਨੇ ਕਨਵਰਟ ਕਰਕੇ SP ਹੈੱਡਕੁਆਰਟਰ ਨੂੰ ਮਾਰ ਕੀਤੀ ਸੀ ਪਿਛਲੇ ਸਾਲ। ਅਤੇ ਮੇਰੇ ਉਸ ਕੰਪਰੋਮਾਈਜ਼ ਦੇ ਵਿੱਚ ਪਿਛਲੇ ਸਾਲ 30 ਨਵੰਬਰ ਨੂੰ ਸਾਡਾ ਇੱਕ ਕੰਪਰੋਮਾਈਜ਼ ਹੋਇਆ, ਜਿਹ 'ਚ ਅਮਰੀਕ ਸਿੰਘ, ਮੈਂ ਅਤੇ ਮੇਰਾ ਭਤੀਜਾ ਗੁਰਪ੍ਰੀਤ, ਸਾਰਿਆਂ ਦੇ ਸਿਗਨੇਚਰ ਆ, ਸਾਡੇ ਨਵੀਂ ਕੰਪਰੋਮਾਈਜ਼ ਹੋਈ, ਜਿਹੜੇ 19 ਕਿੱਲੇ ਜ਼ਮੀਨ ਮੇਰੇ ਹਿੱਸੇ ਉਸ ਟਾਈਮ ਆਈ, ਉਹਦਾ ਹੋਇਆ ਕਿ
20 ਮਈ ਨੂੰ ਸਾਨੂੰ ਹੈਂਡਓਵਰ ਕਰਨਗੇ ਅਮਰੀਕ ਸਿੰਘ ਅਤੇ ਰਣਜੀਤ ਸਿੰਘ ਹੋਣੀ, ਅਤੇ ਮੈਂ ਆਪਦੀ ਗਾਹਾਂ ਕਿਸੇ ਹੋਰ ਠੇਕੇਦਾਰ ਨੂੰ, ਆਪਦੀ ਮਰਜ਼ੀ ਦੇ ਠੇਕੇਦਾਰ ਨੂੰ ਦੇ ਸਕਦਾ, ਪਰ ਇਹ ਜਿਹੜੀ ਹੈਗੀ ਆ ਅਮਰੀਕ ਸਿੰਘ ਫਿਰ ਆਪਦੀ ਵੰਡ ਤੋਂ ਮੁੱਕਰਦਾ ਅਤੇ ਮੈਨੂੰ ਪਰੇਸ਼ਾਨ ਕਰ ਰਿਹਾ, ਤੰਗ ਕਰ ਰਿਹਾ, ਅਤੇ ਜਿਹੜੇ ਐਂਟੀ ਸੋਸ਼ਲ ਜਿਹੜੇ ਬੰਦੇ ਨੇ ਉਹਨਾਂ ਨੂੰ ਉੱਥੇ ਬਿਠਾਇਆ ਹੋਇਆ ਅਤੇ ਉਹ ਸਾਨੂੰ ਡਰਾ ਧਮਕਾ ਰਹੇ ਨੇ ਅਤੇ ਜ਼ਮੀਨ 'ਚ ਨਹੀਂ ਬਣਦੇ ਰਹੇ, ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਤੇ ਤੁਸੀਂ ਇਸ ਬਾਰੇ ਪੁਲਿਸ ਨੂੰ ਕੁਛ ਕਹਿ ਦਿੱਤੀ ਹੈ ਜੀ, ਤੁਹਾਡੇ ਕੋਲ ਸੁਣਵਾਈ ਹੋਈ ਹੈ ਜਾਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ, ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੇ? ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਐਸ ਪੀ ਹੈੱਡਕੁਆਟਰ ਨੂੰ ਵੀ ਕੰਪਲੇਂਟ ਕੀਤੀ, ਐਸ ਐਸ ਪੀ ਸਾਹਿਬ ਨੂੰ ਵੀ ਕੰਪਲੇਂਟ ਕੀਤੀ ਹੈ ਜਗਰਾਓਂ, ਪੁਲਿਸ ਸਾਡੇ ਨਾਲ ਕੋਈ ਵੀ ਰਿਲੀਫ ਨਹੀਂ ਦੇ ਰਹੀ, ਸਾਡੀ ਸੁਣਵਾਈ ਨਹੀਂ ਹੋ ਰਹੀ, ਕਿਉਂਕਿ ਅਮਰੀਕ ਸਿੰਘ ਦੀ ਜਿਹੜੇ ਕੁੜਮ ਦੇ ਲੜਕੀ ਭਤੀਜੀ ਆ ਉਹਦਾ ਵਿਆਹ ਅਮਰੀਕ ਸਿੰਘ ਦੇ ਲੜਕੇ ਨਾਲ ਹੋਇਆ, ਅਤੇ ਮੈਨੂੰ ਲੱਗਦਾ ਕਿ ਸਾਰਾ ਜਿਹੜਾ ਪ੍ਰੈਸ਼ਰ ਬਣ ਰਿਹਾ ਉਹ ਐੱਮ ਐੱਲ ਏ ਕੁਲਵੰਤ ਸਿੱਧੂ ਦੇ ਬੰਨਿਓਂ ਆ ਰਿਹਾ ਪੁਲਿਸ ਦੇ ਉੱਤੇ, ਅਤੇ ਪੁਲਿਸ ਸਾਡੀ ਕੋਈ ਗੱਲ ਨਹੀਂ ਮੰਨ ਰਹੀ ਨਾ ਸੁਣ ਰਹੀ। ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਐੱਨ ਆਰ ਆਈ ਦੀ ਬਹੁਤ ਸਪੋਰਟ ਕਰਦੇ ਹਾਂ, ਉਹਨਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾ ਰਹੇ ਨੇ, ਕੀ ਉਹਨਾਂ ਦੀ ਇਸ ਗੱਲ 'ਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ ਤੁਹਾਨੂੰ? ਜੀ ਦੇਖੋ, ਟੀ ਵੀ 'ਤੇ ਅਤੇ ਯੂਟਿਊਬ 'ਤੇ ਬੜੀਆਂ ਬਾਈਟਸ ਦੇਖੀਆਂ ਨੇ, ਅਤੇ ਭਗਵੰਤ ਮਾਨ ਜਿਹੜਾ ਕੁਛ ਕਹਿ ਰਹੇ ਨੇ ਉਹੀ ਮੈਂ ਸੋਚ ਕੇ ਸੋਚਿਆ ਕਿ ਮੇਰਾ ਤਾਂ ਮਸਲਾ ਹੀ ਕੋਈ ਹੈ ਨਹੀਂ ਗਾ, ਸਿੱਧਾ ਸਾਰਾ ਕੁਛ ਔਨ ਦਾ ਰਿਕਾਰਡ ਆ ਪੇਪਰ 'ਚ ਆ, ਅਤੇ ਇਹ ਤਾਂ 2 ਦਿਨ ਦਾ ਕੰਮ ਆ ਜਿਹੜਾ ਕਿ ਸੋਲਵ ਹੋਣਾ ਚਾਹੀਦਾ ਸੀਗਾ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਅਤੇ ਉਹਨਾਂ ਦੇ ਕਹਿਣ ਅਤੇ ਕਰਨ 'ਚ 2 ਡਿਫਰੈਂਟ ਥਿੰਗ ਨੇ, ਅਤੇ ਜਿਹੜੇ ਐੱਨ ਆਰ ਆਈ ਮਿਨਿਸਟਰ ਧਾਰੀਵਾਲ ਨੇ ਉਹਨਾਂ ਨੂੰ ਵੀ ਉਹਨਾਂ ਦੇ ਫੋਨ ਨੰਬਰ ਜਿਹੜੇ ਦਿੱਤੇ ਹੋਏ ਨੇ ਵਟਸਐਪ 'ਤੇ, ਉਹ ਵੀ ਅਸੀਂ ਫੋਨ ਬਹੁਤ ਕਰਦੇ ਹਾਂ ਕੋਈ ਚੱਕਦਾ ਨਹੀਂ ਫੋਨ, ਉਹਨਾਂ ਦੀ ਵਟਸਐਪ 'ਤੇ ਵੀ ਮੈਂ ਡਾਕੂਮੈਂਟ ਲੋਡ ਕੀਤੇ ਨੇ, ਉਹਦਾ ਕੋਈ ਨਾ ਰਿਸਪੋਂਸ ਆਇਆ, ਨਾ ਉਹਨਾਂ ਨੇ ਉਹ ਖੋਲ੍ਹ ਕੇ ਦੇਖੇ ਨੇ। ਕੀ ਡਿਮਾਂਡ ਕਰਦੇ, ਕੀ ਮੰਗ ਆ ਤੁਹਾਡੀ? ਮੇਰੀ ਤਾਂ ਇਹੀ ਮੰਗ ਆ ਜੀ, ਜਿਹੜਾ ਮੇਰਾ ਹੱਕ ਹੈਗਾ ਉਹ ਮੈਨੂੰ ਦਵਾਇਆ ਜਾਵੇ, ਅਤੇ ਜਿਹੜੇ ਆ ਐਂਟੀ ਸੋਸ਼ਲ ਬੰਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਅਤੇ ਕਿਉਂ ਉਹ ਜ਼ਬਰਦਸਤੀ ਕਰ ਰਹੇ, ਅਤੇ ਅਮਰੀਕ ਸਿੰਘ ਜਿਹੜਾ ਕਿ ਮੈਨੂੰ ਤੰਗ ਕਰ ਰਿਹਾ, ਅਤੇ ਇੱਕ ਹੋਰ ਬੰਦਾ ਇਨਵੋਲਵ ਹੈ ਇਹ 'ਚ, ਗੋਪੀ ਸ਼ਰਮਾ ਜੋ ਕਿ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਜਗਰਾਓਂ, ਉਹ ਸਾਡੀ ਮਦਦ ਨੂੰ ਪਹਿਲਾਂ ਉਤਰਿਆ ਸੀਗਾ, ਹੁਣ ਉਹ ਅਮਰੀਕ ਸਿੰਘ ਨਾਲ ਜਾ ਕੇ ਮਿਲ ਗਿਆ, ਅਤੇ ਉਹਦੇ ਉੱਥੇ ਸਾਨੂੰ ਪਿਛਲੇ ਸਾਲ ਦਾ 9,35,000 ਜਿਹੜਾ ਠੇਕਾ ਉਹ ਵੀ ਨਹੀਂ ਹਾਲੇ ਮਿਲਿਆ, ਉਹ ਦਵਾਇਆ ਜਾਵੇ, ਅਤੇ ਸਾਡੇ ਨਾਲ ਜਨਤਾ ਮੇਰੀ ਆਵਾਜ਼ ਬਣ ਕੇ ਮੇਰਾ ਸਾਥ ਦੇਵੇ, ਅਤੇ ਮੇਰੀ ਇਹ ਬੇਨਤੀ ਆ, ਅਤੇ ਨਾਲੇ ਪ੍ਰਸ਼ਾਸਨ ਨੂੰ ਇਹ ਅਪੀਲ ਆ, ਫਿਰ ਅਪੀਲ ਆ ਕਿ ਸਾਡਾ ਜਿਹੜਾ ਮਸਲਾ ਹੈ ਉਹਨੂੰ ਸੋਲਵ ਕੀਤਾ ਜਾਵੇ, ਜਿਹੜਾ ਸਾਡਾ ਕੰਪਰੋਮਾਈਜ਼ ਹੋਇਆ ਉਹਨੂੰ ਲਾਗੂ ਕੀਤਾ ਜਾਵੇ। ਇਹਦੀ ਕੋਈ ਪੈਲੀ ਨਹੀਂ, ਪਰ ਵੀ ਇਸ ਸਾਲ ਪਹਿਲਾਂ ਵੀ ਆਈ, ਇਸ ਸਾਲ ਹੁਣ ਵਾਉਣੀ ਆ, 2 ਸਾਲ ਤੇ ਮੇਰੀ ਕਰੀ ਹੋਈ ਆ। ਠੀਕ ਆ, ਉਹ ਤਾਂ ਕਹਿੰਦੇ ਜੀ ਧੱਕੇ ਨਾਲ ਕਬਜ਼ਾ ਕਰ ਕੇ ਐਵੇਂ ਕਰੀ ਜਾਂਦਾ, ਐਵੇਂ ਨਜਾਇਜ਼ ਕਰੀ ਜਾਂਦਾ। ਤੁਸੀਂ ਜਿਹੜਾ ਇਹਦਾ ਜਿਹੜੀ ਇਹ ਠੇਕੇ ਤੇ ਲਈ ਆ ਜੀ, ਇਹਦਾ ਕੋਈ ਕਾਗਜ਼ ਵਗੈਰਾ ਹੋਇਆ ਹੀ ਤੁਹਾਨੂੰ? ਕਾਗਜ਼ ਬਣਾਉਂਦੇ ਨਹੀਂ ਜੱਟ। ਕਿਹਦੇ ਕੋਲੋਂ ਲਈ ਆ ਜੀ ਫਿਰ ਠੇਕੇ? ਅਮਰੀਕ ਸਿੰਘ ਤੋਂ ਲਈ ਆ। ਅਮਰੀਕ ਸਿੰਘ ਤੋਂ? ਪਰ ਵੀ ਅਮਰੀਕ ਸਿੰਘ ਤੋਂ ਲਈ ਆ। ਜਿਹੜੀ ਵੰਡ ਬੰਦੀ ਦੇ ਦੌਰਾਨ ਉਹ ਕਹਿੰਦੇ ਜੀ ਇਹ ਸਾਨੂੰ ਸਾਰੇ ਹਿੱਸੇ ਆਉਂਦੀ ਸੀ, ਕੋਈ ਫੈਸਲਾ ਨਹੀਂ ਇਹਨਾਂ ਦਾ ਹੋਇਆ? ਇਸ ਸੰਬੰਧ ਵਿੱਚ ਦਰਖਾਸਤ ਵੀ ਚੱਲਦੀ ਹੈ ਤੁਹਾਨੂੰ ਪਤਾ? ਉਹ ਰਿਪੋਰਟ ਚੱਲਦੀ ਆ, ਇਹਦੀ ਉਧਰ ਵਿਚਾਲੇ ਆ ਮੋਟਰ ਜੀ। ਹਾਂ, ਇਹ ਮੋਟਰ ਨਹੀਂ ਹੈ ਜੀ, ਇਹ ਨਜਾਇਜ਼ ਸਟਾਰਟਰ ਪਟ ਦੇ ਲਾਈ ਆ। ਸਟਾਰਟਰ ਵੀ ਮੇਰਾ ਸੀ ਜੀ, ਤਾਰਾਂ ਵੀ ਮੇਰੀਆਂ ਲਾਈਆਂ ਹੋਈਆਂ ਸੀ, ਕੁਛ ਤਾਂ ਲੈਂਦਾ ਵੀ ਤਾਰਾਂ ਸਟਾਰਟਰ ਇਹਦੇ ਲਾਏ ਹੋਇਆ। ਅੱਛਾ ਜੀ, ਸਟਾਰਟਰ ਕਿਹਨੇ ਪੱਟਿਆ ਜੀ? ਇਹਨੇ ਦੂਜੇ ਨੇ, ਅਣਧੀਰ ਨੇ। ਹਾਂ ਜੀ, ਅਤੇ 3 ਬੰਦੇ ਹੋਰ ਸੀ। ਨਹੀਂ ਭਾਅ ਜੀ, ਜੇ ਤਾਂ ਉਹ ਕਹਿੰਦੇ ਜੇ ਪ੍ਰੋਪਰਟੀ ਪੈਲੀ ਉਹਨਾਂ ਦੀ ਆ, ਫਿਰ ਤਾਂ ਸਟਾਰਟਰ ਲਿਆ ਸਕਦੇ। ਮੇਰੇ ਕੋਲ ਵੀ ਫੇਰ ਨਹੀਂ ਲਿਆ, ਲਿਆਵੇ ਨੰਬਰ ਮੈਂ ਹੁਣ ਇਹਦੇ ਛੱਡਦਾ ਜ਼ਮੀਨ, ਇਹ ਮੋਟਰ ਦੇ ਲਿਆਵੇ ਨੰਬਰ। ਜਿਹੜੀ ਉਹ ਮੋਟਰ ਲੱਗੀ ਆ ਉਹ ਦੂਜੇ ਨੰਬਰਾਂ 'ਚ ਲੱਗੀ ਹੋਈ? ਹਾਂ, ਦੂਜੇ ਨੰਬਰਾਂ 'ਚ। ਕਿਹਦੇ ਨਾਮ 'ਤੇ ਆ ਜੀ ਉਹ ਮੋਟਰ?
ਅਮਰੀਕ ਸਿੰਘ ਦੇ ਨਾਂ ਤੇ ਆ। ਦੇਖੋ ਪੁੰਦਰੀ ਪਿੰਡ ਦਾ ਜਿਹੜਾ ਮੈਟਰ ਆ ਕਾਫੀ ਪੁਰਾਣਾ ਚੱਲਦਾ, ਜਿਹੜਾ ਦੋ ਭਰਾਵਾਂ ਦਾ, ਇੱਕ NRI ਹੈਗਾ ਜੀ, ਇੱਕ ਇੱਥੇ ਅਮਰੀਕ ਸਿੰਘ ਰਹਿ ਰਿਹਾ, ਰਣਧੀਰ ਸਿੰਘ ਹੈ ਇੰਗਲੈਂਡ ਰਹਿ ਰਿਹਾ ਹੈਗਾ। ਇਹਨਾਂ ਦਾ ਜਿਹੜਾ ਮਸਲਾ ਸੀਗਾ, ਜਦੋਂ ਸਾਡੇ ਕੋਲ ਕੰਪਲੇਂਟ ਆਈ ਸੀ, ਕਾਫੀ ਅੱਛੀ ਤਰ੍ਹਾਂ ਜਿਹੜਾ ਇਹਨਾਂ ਦਾ ਬੈਠ ਕੇ ਮੋਤਬਾਰ ਬੰਦਿਆਂ ਨੇ ਕੋਈ ਪੰਚਾਇਤੀ ਤੌਰ 'ਤੇ ਵਾਰ ਵਾਰ ਫੈਸਲਾ ਕਰਾ ਦਿੱਤਾ ਸੀ। ਉਹਦੇ 'ਚ ਰਣਧੀਰ ਸਿੰਘ ਅਤੇ ਇਹਦੇ ਨਾਲ ਹੀ ਇਹਦੇ ਰਿਸ਼ਤੇਦਾਰ ਆ ਕੋਈ, ਉਹਨਾਂ ਨੇ ਹੀ ਉਹ ਫੈਸਲਾ ਸਿਰੇ ਨਹੀਂ ਸੀ ਚੜ੍ਹਨ ਦਿੱਤਾ ਅਤੇ ਉਹਨੂੰ ਛੱਡ ਕੇ ਫੈਸਲੇ ਨੂੰ ਇੰਗਲੈਂਡ ਚਲਾ ਗਿਆ ਸੀ ਵਾਪਸ। ਹੁਣ 6 ਮਹੀਨੇ ਬਾਅਦ ਆ ਕੇ ਉਸ ਫੈਸਲੇ, ਕਿਉਂਕਿ ਉਹ ਫੈਸਲਾ ਫਿਰ ਔਨ ਰਿਕਾਰਡ ਸਿਰੇ ਨਹੀਂ ਚੜ੍ਹਿਆ ਹੈਗਾ, ਇਹ ਝੂਠ ਬੋਲ ਰਿਹਾ ਵੀ SP ਹੈੱਡਕੁਆਰਟਰ ਨੇ ਇਹ ਫੈਸਲਾ ਕਰਾਇਆ। SP ਹੈੱਡਕੁਆਰਟਰ ਦੀ ਰਿਟਨ ਰਿਕਾਰਡ ਹੈਗੀ ਜੀ, ਆਹ ਦਰਖਾਸਤ ਹੈਗੀ, ਆਹ ਮੈਂ PED ਪੋਰਟਲ 'ਤੇ ਆਪਣੀ ਸਾਰੀ ਰਿਪੋਰਟ ਬਣਾ ਕੇ, ਸਿੱਟਾ ਰਿਪੋਰਟ ਬਣਾ ਕੇ ਆ ਦਿੱਤੀ। ਲੋਕਾਂ ਨੂੰ ਗੁੰਮਰਾਹ ਕਰਦਾ, ਮੇਰੇ ਕੋਲ ਕਈ ਕਿਸਾਨ ਯੂਨੀਅਨ ਇੱਥੇ ਆਈਆਂ ਵੀ ਤੁਸੀਂ ਇਹ ਕਰਵਾਇਆ ਵਾ ਫੈਸਲਾ ਕਰੇ, ਜਦਕਿ ਮੇਰੇ ਟੇਬਲ 'ਤੇ ਇਹ ਫੈਸਲਾ ਫਾਈਨਲ ਹੋਇਆ ਨਹੀਂ। ਇਹਨਾਂ ਦਾ ਆਪਣਾ ਪੰਚਾਇਤੀ ਤੌਰ 'ਤੇ ਵਾਰ ਵਾਰ ਹੋਇਆ ਸੀ, ਉਹ ਵੀ ਵਾਰ ਵਾਰ ਇਹ ਬਿਨਾਂ ਦੱਸੇ ਛੱਡ ਗਏ ਸੀਗੇ। ਸੋ ਇਹ ਸੱਚ ਨਹੀਂ ਦੱਸ ਰਹੇ। ਅਤੇ ਪੁਲਿਸ ਸਰ ਪੂਰੀ ਤਰ੍ਹਾਂ NRI ਦੀ ਹੈਲਪ ਕਰਨ ਲਈ ਮੁਸਤੈਦ ਹੈ ਜੀ, ਔਰ ਪਹਿਲ ਦੇ ਅਧਾਰ 'ਤੇ ਕਾਰਵਾਈ? ਬਿਲਕੁਲ ਜੀ, NRI ਦੇ ਸਾਡੇ ਕੋਲ ਬਹੁਤ ਕੇਸ ਆਉਂਦੇ ਆ, ਜਿਹੜੇ ਅਸੀਂ ਪਹਿਲ ਦੇ ਆਧਾਰ 'ਤੇ ਜਿਹੜੇ ਹੈਗੇ ਆ ਉਹਨਾਂ ਦਾ ਨਿਪਟਾਰਾ ਕਰਦੇ ਹਾਂ, ਔਰ ਪੂਰੇ ਖੁਸ਼ ਹੋ ਕੇ ਸਾਨੂੰ ਬਕਾਇਦਾ ਥੈਂਕਸ ਕਰਦੇ ਆ, ਔਰ ਆਪਣੇ ਕੰਟਰੀ ਜਾ ਕੇ ਵੀ ਵੀ ਉਹ ਉੱਥੇ ਜਾ ਕੇ ਵੀ ਉਹ ਕਰਦੇ ਵੀ ਸਾਨੂੰ ਬਹੁਤ ਵਧੀਆ ਇਨਸਾਫ ਮਿਲਿਆ ਜੀ। ਸਰ ਹੁਣ ਜੇ ਇਹ ਵੀ ਤੁਹਾਡੇ ਕੋਲ ਦੁਬਾਰਾ ਆਉਂਦੇ ਨੇ ਤਾਂ ਪੂਰੀ ਸੁਣਵਾਈ ਹੋਊਗੀ? ਦੇਖੋ ਸਾਡੇ ਕੋਲ ਜਿਹੜੀ ਦੁਬਾਰਾ ਵਾਲੀ ਜਿਹੜੀ, ਦੇਖੋ ਜੋ ਪੰਜਾਬ ਸਰਕਾਰ ਦੇ ਪੋਰਟਲਸ 'ਤੇ ਚੱਲਦੀਆਂ ਹੈਗੀਆਂ ਦਰਖਾਸਤਾਂ, ਜਿਹੜੀ ਇਸ ਦਰਖਾਸਤ ਦੀ 2 ਵਾਰੀ ਪੜਤਾਲ ਆਲਰੇਡੀ ਹੋ ਚੁੱਕੀ ਆ। ਇਹਦੀ ਜਿਹੜੀ ਇੱਦਾਂ ਨਹੀਂ ਵੀ ਇੱਕ ਹੀ ਕੰਪਲੇਂਟ ਦੀ ਵਾਰ ਵਾਰ ਦਰਖਾਸਤ ਦੀ ਪੜਤਾਲ ਹੋਈ ਜਾਵੇ, ਨਾਲੇ ਉਹ ਮੁਸਤਲਕਾ ਸਾਂਝਾ ਖਾਤਾ ਹੈਗਾ, ਉਹਨੂੰ ਪੁਲਿਸ ਉਹਦੇ 'ਚ ਕੀ ਕਰੂਗੀ? ਪੁਲਿਸ ਤਾਂ ਪੰਚਾਇਤੀ ਤੌਰ 'ਤੇ ਕਰਵਾ ਸਕਦੀ ਆ, ਜੋ ਇੱਕ ਬਹੁਤ ਵਧੀਆ ਅਸੀਂ ਕੋਸ਼ਿਸ਼ ਕੀਤੀ ਇੱਥੇ ਅਤੇ ਵਧੀਆ ਇਹਨਾਂ ਦਾ ਲਿਖਤ। ਉਹਦੇ ਵਿੱਚ ਰਣਧੀਰ ਸਿੰਘ ਨੂੰ ਫਾਇਦਾ ਹੀ ਸੀ ਉਸ ਫੈਸਲੇ 'ਚ, ਜੇ ਇੰਗਲੈਂਡ ਨਾ ਜਾਂਦਾ ਉਸ ਫੈਸਲੇ ਨੂੰ ਸਿਰੇ ਚੜਾਉਂਦਾ। ਇਹ ਕੁਛ ਸ਼ਰਾਰਤੀ ਅਨਸਰਾਂ ਦੇ ਮਗਰ ਲੱਗ ਕੇ, ਇਹ ਕੋਈ ਇਹਨਾਂ ਦਾ ਫੈਮਿਲੀ ਦਾ ਪੁਰਾਣਾ ਕੇਸ ਇੱਕ ਚੱਲਦਾ ਹੈਗਾ, ਉਹਦੇ ਵਿੱਚ ਉੱਥੇ ਬਾਹਰ UP ਦੀ ਪੁਲਿਸ ਨੂੰ ਦੱਸ ਕੇ ਇਹਨੇ ਆਪਣਾ ਭਰਾ ਨੂੰ ਅਰੈਸਟ ਕਰਾ ਦਿੱਤਾ ਸੀ, ਜਿਹਦੇ ਕਰਕੇ ਇਹਦਾ ਪੰਚਾਇਤੀ ਫੈਸਲਾ ਟੁੱਟ ਗਿਆ ਸੀਗਾ। ਠੀਕ ਆ, ਇਸ ਕਰਕੇ ਆਪਣਾ ਕੋਰਟ ਦੇ ਵਿੱਚ ਚਾਰਾਜੋਈ ਕਰਨ।